ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਤੇ ਸਾਡੇ ਚੈਨਲ ਦੇ ਉੱਪਰ ਜੇ ਕਿਸੇ ਨੇ ਕੋਈ ਵੀ ਐਡ ਲਵਾਉਣੀ ਹੋਵੇ ਜਿਹੜੇ ਸਾਡੇ WhatsApp ਦੇ ਨੰਬਰ ਨੇ ਉਹ ਤੁਹਾਨੂੰ ਆ ਫੋਟੋਆਂ ਸ਼ੋ ਹੋਣਦੇ ਪਏ ਨੇ ਇਹਨਾਂ ਵਿੱਚ ਤੁਸੀਂ 5 ਤੋਂ 10 ਫੋਟੋਆਂ ਤੇ ਪੂਰੀ ਲੋੜ ਇਹਨਾਂ ਦਾ ਜਾਣਕਾਰੀ ਭੇਜ ਕੇ ਸਾਡੇ ਚੈਨਲ ਦੇ ਉੱਪਰ ਫ੍ਰੀ ਤੁਸੀਂ ਐਡ ਲਵਾ ਸਕਦੇ ਹੋ ਤੇ ਜੇ ਕਿਸੇ ਵੀਰ ਨੇ ਕੋਈ ਲੋਨ ਕਰਾਉਣਾ ਹੋਵੇ ਜਿਵੇਂ ਟਰੈਕਟਰ ਹੋ ਗਏ ਕੰਪੈਨ ਵਗੈਰਾ ਗੱਡੀ ਵਗੈਰਾ ਤਾਂ ਆਪ ਦਾ ਨੰਬਰ ਕਮੈਂਟ ਬਾਕਸ ਵਿੱਚ ਦੇ ਕੇ ਤੇ ਉੱਤੇ ਲਿਖ ਦਿਓ ਵੀ ਅਸੀਂ ਲੋਨ ਕਰਾਉਣਾ ਵਾ ਤੇ ਬਾਅਦ ਵਿੱਚ ਅਸੀਂ ਤੁਹਾਨੂੰ ਫੋਨ ਕਰਾਂਗੇ ਤੇ ਇਹ ਬਾਕੀ ਮੈਂ ਤੁਹਾਨੂੰ ਨੰਬਰ ਘੱਲ ਵੀ ਦਊਂਗਾ ਅਗਲੇ ਜਿਹੜੇ ਲੋਨ ਕਰਦੇ ਆ ਵੀਰ ਬਾਕੀ ਤੁਸੀਂ ਆਪ ਦਾ ਨੰਬਰ ਨਾਲ ਜ਼ਰੂਰ ਦੇ ਦਿਓ ਅੱਜ ਆਪਾਂ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਵਰਾਜ 855 ਦੀ ਟਰੈਕਟਰ ਦੇ ਮਾਡਲ ਦੀ ਗੱਲ ਕਰਕੇ 2013 ਮਾਡਲ ਦਾ ਟਰੈਕਟਰ ਇਹ ਪੀਵੀ03 ਨੰਬਰ ਆ ਟਰੈਕਟਰ ਦਾ ਕਲਾਸ ਕਰ ਇੰਜਨ ਦੇ ਨਾਲ ਆ ਟਰੈਕਟਰ ਇੰਜਨ ਗੇਅਰ ਲੈਫਟ ਪੰਪ ਮਗਰਲੇ ਸਟ੍ਰੈਕਟਰ ਆ ਲੋਕੇ ਆ ਸੀਲ ਦਾ ਕੋਈ ਕੰਮ ਨਹੀਂ ਭਾਲਦਾਗਾ ਡਬਲ ਡਿਸਟਿਬਿਊਟਰ ਆ ਪਾਵਰ ਸਟੀering ਆ ਟਰੈਕਟਰ ਡਬਲ ਯਾਨਕੀ ਸਭ ਕੁਝ ਡਬਲ ਡਿਸਟਿਬਿਊਟਰ ਆ ਯਾਨਕੀ ਪਲੌ ਪਲੂ ਪੌਣੇ ਤੋਂ ਵਧੀਆ ਕੰਮ ਸਾਰੂਗਾ ਤੁਹਾਡਾ ਆ ਮੀਟਰਾਂ ਦੀਆਂ ਫੋਟੋਆਂ ਨੇ ਸਾਨੂੰ ਸਾਰਾ ਕੁਝ ਮੀਟਰਾਂ 'ਚ ਸ਼ੋ ਹੁੰਦਾ ਪਿਆ ਵਾ ਮੂਰਲੇ ਟਾਇਰ ਤਾਂ ਨਾਲ ਦੇ ਆ ਤੇ ਮਗਰਲੇ ਟਾਇਰ ਚੇਂਜ ਕਰਾ ਕੇ ਨਵੇਂ ਪੁਵਾਏ ਹੋਏ ਆ ਯਾਨਕੀ ਕੋਈ ਘਾਟਵਾ ਛੱਡੀ ਨਹੀਂ ਗੀ ਪਹਿਲੇ ਨਾਂ ਜੀ ਟਰੈਕਟਰ ਇਹ ਤੇ ਐਡਰੈਸ ਯਾਰ ਵੀਰਾਂ ਨੇ ਦਿੱਤਾ ਤਾਂ ਹੋਇਆ ਤੇ ਮੈਨੂੰ ਉਹਦਾ ਯਾਨੀ ਕੰਪਲੀਟ ਜਿਹਾ ਪਤਾ ਨਹੀਂਗਾ ਵੀ ਕੋਈ ਕੀ ਆ ਉਹ ਕੋਈ ਅ ਬਾਕੀ ਜਿਹੜੇ ਮਾਲਕਾਂ ਨੂੰ ਯਾਰ ਪੁੱਛ ਲਿਓ ਨਾਂ ਜਾਂ ਹੋਰ ਏ ਕਨਫਿਊਜ਼ਨਸ ਆ ਸੋ ਬੋਲਿਆ ਨਹੀਂ ਜਾਣਾਂਗਾ ਮੈਥੋਂ ਨਾ ਜਿਨ੍ਹਾਂ ਨੇ ਵੀ ਲੈਣਾ ਹੋਵੇ ਮਾਲਕਾਂ ਨਾਲ ਵੈਸੇ ਗੱਲ ਕਰ ਲਿਓ ਤੁਸੀਂ 4 ਲੱਖ ਤੇ 75000 ਰੇਟ ਆ ਇਹਦਾ ਠੀਕ ਆ ਜੀ ਮਾਲਕਾਂ ਦਾ ਜਿਹੜਾ ਨੰਬਰ ਆ ਸਨੂਆ ਥੱਲੇ ਸ਼ੋ ਹੁੰਦਾ ਪਿਆ ਫੋਟੋਆਂ ਚ ਇਹ ਤੁਸੀਂ ਗੱਲਬਾਤ ਕਰਕੇ ਕਾਲ ਕਰਕੇ ਆਪਦਾ ਐਨ ਫਾਈਨਲ ਵਗੈਰਾ ਕਰ ਲਿਓ ਜਿਨ੍ਹਾਂ ਦੀ ਫਿੱਟ ਵਹਿੰਦਾ ਹੈ ਟਰੈਕਟਰ ਤੇ ਪੂਰੀ ਵੀਡੀਓ ਯਾਰ ਜ਼ਰੂਰ ਵੇਖ ਕੇ ਜਾਓ ਅਸੀਂ ਨਾ ਇੱਕ ਛੋਟੇ ਵਾਸਤੇ ਵਿੱਚ ਟਰੈਕਟਰ ਲੈ ਕੇ ਆਏ ਹਾਂ ਬਹੁਤ ਵਧੀਆ ਸਾਫ ਟਰੈਕਟਰ ਆ ਉਹ ਜਾਨਕਿ ਉਹ ਟਰੈਕਟਰ ਹੁਣ ਮਿਲਦਾ ਨਹੀਂਗਾ ਵੇਖਿਓ ਜ਼ਰੂਰ ਉਹ ਤੇ ਹੁਣ ਆਪਾਂ ਅੱਗੇ ਬਾਈ ਜੀ ਉਹੀ ਟਰੈਕਟਰ ਦੀ ਗੱਲ ਕਰਦੇ ਹਾਂ ਠੀਕ ਹੈ ਜੀ ਆ ਹੈਗਾ ਜੀ ਟੈਫੀ 4410 ਜਾਨਕਿ ਇਹ ਯਾਰ ਹੁਣ ਤਾਂ ਐਵੇਂ ਕਹੀ ਜਾਂਦੀ ਤਾਂ ਹੈ ਹੀ ਨਹੀਂ ਹੁਣ ਤਾਂ ਇਹ ਯਾਨਕੀ ਜਿਹੜੇ ਆਏ ਆ ਪੁਰਾਣੇ ਉਹ ਥੋੜੇ ਬਹੁਤ ਤੇ ਹੀ ਅੰਤਰ ਰਹਿ ਗਏ ਇਹ 2004 ਮਾਡਲ ਹੈ ਇਹ ਟਰੈਕਟਰ ਬਹੁਤ ਯਾਨਕੀ ਸੋਹਣਾ ਯਾਰ ਸੰਭਾਈ ਚ ਰੱਖਿਆ ਹੋਇਆ ਹੈ ਮਾਲਕਾਂ ਦਾ ਸ਼ੋ ਸ਼ੂ ਦਾ ਰੰਗ ਵੇਖੋ ਬਹੁਤ ਸੋਹਣਾ ਰੰਗ ਆ ਤੇ ਸਾਈਡ ਗੇਅਰ ਆ ਟਰੈਕਟਰ ਡਬਲ ਕਲਚ ਆ ਤੇ ਪਰ ਹਾਰਸ ਪਾਵਰ ਜਿਹੜੀ ਉਹ ਹੈਗੀ 44 ਇਹਦੀ ਯਾਨਕੀ ਫੋਰਡ ਹੀ ਆ ਇੱਕ ਹਸਾਨ ਜੇ ਆਪਾਂ ਕਹਿ ਲਈਏ ਫੋਰਡ ਵਾਲੀ ਹਾਰਸ ਪਾਵਰ ਆ ਉ ਚਲਾਈ ਚਲੂਈ ਦੇ ਵਿੱਚ ਵੇਖੋ ਉੱਚਾ ਪਲੇਟਫਾਰਮ ਸਾਰਾ ਕਾ ਜਾਨਕੀ ਜਿਹੜੇ ਉੱਚੇ ਮਾਡਲਾਂ ਚ ਹੁੰਦਾ ਯਾਰ ਉਹ ਇਸੇ ਮਾਡਲ ਦੇ ਵਿੱਚ ਟੈਫੀ ਜਾਨਕੀ ਦਿੱਤਾ ਹੋਇਆ ਸੀਗਾ ਬਾਕੀ ਇਹਦਾ ਤੇਲ ਤੂਲ ਦਾ ਟੈਂਕਰ ਉਹ ਥੱਲੇ ਹੁੰਦਾ ਵਾ ਇੰਜਨ ਦਾ ਗੇਅਰ ਦਾ ਮਗਰਲੇ ਹਿੱਸੇ ਵਗੈਰਾ ਦਾ ਸਾਰਾ ਆਲ ਓਕੇ ਆ ਕੋਈ ਕੰਮ ਨਹੀਂ ਭਾਲਦਾ ਕਰ ਟਰੈਕਟਰ ਤੇ ਹਰਿਆਣਾ ਏਰੀਆ ਦੇ ਵਿੱਚ ਹੈ ਜੀ ਇਹ ਟਰੈਕਟਰ ਤੇ ਉਹਨਾਂ ਮਾਲਕਾਂ ਨੂੰ ਤੁਸੀਂ ਪੁੱਛ ਲਿਓ ਆਪਦਾ ਇਹਨਾਂ ਦਾ ਡਿਟੇਲ ਵਗੈਰਾ ਫਾਈਨਲ ਤੁਸੀਂ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰਕੇ ਆ ਪਲੇਟਫਾਰਮ ਵਗੈਰਾ ਦੀਆਂ ਫੋਟੋਆਂ ਨੇ 1,70,000 ਡਿਮਾਂਡ ਆ ਉਹਨਾਂ ਦੀ ਤੇ ਡਿਮਾਂਡ ਆ ਯਾਰ ਜੈ ਜੈ ਜੀ ਕੋਈ ਬਾਹਲੀ ਨਹੀਂ ਹੈਗੀ ਮੈਂ ਕਹਿੰਨਾ ਕਿ ਜਾਨਕੀ ਉਹਨਾਂ ਵਾਲੇ 5-6 ਸਾਲਾਂ ਤੱਕ ਤੇ ਟਰੈਕਟਰ ਨੂੰ ਨਹੀਂ ਤੁਹਾਨੂੰ ਕਿਤੇ ਮਿਲਣਾ ਜਿਹੜਾ ਮਾਲਕਾਂ ਦਾ ਨੰਬਰ ਹੈ ਜਿਹੜਾ ਥੱਲੇ ਸ਼ੋ ਹੋਂਦਾ ਪਿਆ ਵਾ ਇਹ ਤੁਸੀਂ ਗੱਲਬਾਤ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜਿਹਨੇ ਸ਼ੌਕੀਆਂ ਤੌਰ ਤੇ ਯਾਨੀ ਕਿ ਰੱਖਣਾ ਹੋਵੇ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਸੋਨਾ ਲੀਕਾ 753 IRX ਦੀ ਤੇ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰੀਏ 2017 ਮਾਡਲ ਆ ਇਹ ਸਿਕੰਦਰ ਮਾਡਲ ਜਿਹਨੂੰ ਆਪਾਂ ਕਹਿੰਦੇ ਨੇ ਐਚ ਡੀ ਐਮ ਸਿਕੰਦਰ ਮਾਡਲ ਆ ਮਗਰਲੇ ਸਾਰੀਆਂ ਫੋਟੋਆਂ ਨੇ ਪਾਵਰ ਸਟੀering ਆ ਡਬਲ ਡੈਸਟੀਬਿਊਟਰ ਲੱਗਾ ਹੋਇਆ ਵਾ ਇੰਜਨ ਗੇਅਰ ਲੈਫਟ ਦਾ ਆਲ ਓਕੇ ਆ ਕੋਈ ਕੰਮ ਨਹੀਂ ਭਾਲਦਾ ਪੰਪ ਪੂਪੌਲ ਸੈਟ ਆ ਕੋਈ ਛੇੜਖਾਨੀ ਨਹੀਂ ਹੋਈਗੀ ਟਰੈਕਟਰ ਦੇ ਨਾਲ ਕੁਛ ਨਹੀਂ ਭਾਲਦਾਗਾ ਬਾਕੀ ਪਾਵਰ ਸਟੀering ਆ ਅਗਰ ਤੁਸੀਂ ਵੇਟ ਵਗੈਰਾ ਟੰਗ ਸਕਦੇ ਹੋ ਜੇ ਟੰਗਣੇ ਹੋਣ ਤਾਂ ਵੇਟਾਂ ਵਾਲੇ ਦਾ ਵੀ ਆਪਣੇ ਕੋਲ ਨੰਬਰ ਹੈਗਾ ਜੇ ਕਿਸੇ ਨੂੰ ਵੇਟ ਵਗੈਰਾ ਲੈਣੇ ਹੋਣ ਜਾਂ ਟਰੈਕਟਰ ਦੀ ਕੋਈ ਐਕਸੈਸਰੀ ਲੈਣੀ ਹੋਵੇ ਬਸ ਬਾਈ ਕਮੈਂਟ ਵਿੱਚ ਦੱਸ ਦਿਆ ਕਰੋ ਸਾਨੂੰ ਨੰਬਰ ਆ ਜਾ ਕਰੂਗਾ ਤੇ ਜੇ ਤੁਸੀਂ ਕੋਈ ਵੀ ਟਰੈਕਟਰ ਲੈਣਾ ਹੋ ਮੈਂ ਕਮੈਂਟ ਬਾਕਸ ਵਿੱਚ ਦੱਸ ਦਿਆ ਕਰੋ ਛੋਟੇ ਵਾਸਤੇ ਅਰੇਂਜ ਕਰਾ ਦਿਆ ਕਰਾਂਗੇ ਨਾਲ ਨੰਬਰ ਦੇ ਦਿਆ ਕਰੋ ਆਪਦਾ ਫਿਰ ਯਾਨੀ ਕਿ ਤੁਹਾਨੂੰ ਕਾਲ ਕਰ ਲਿਆ ਕਰਾਂਗੇ ਅਸੀਂ ਤੇ ਰਾਏਕੋਟ ਏਰੀਆ ਵਿੱਚ ਇਹ ਜੀ ਟਰੈਕਟਰ ਖੜਾ ਹੈ 5 ਲੱਖ ਤੇ 30 ਹਜ਼ਾਰ ਦੀ ਮੰਗ ਹੈ ਇਹਦੀ ਤੇ ਡਿਮਾਂਡ ਆ ਜਿਹੜੀ ਇਹਦੇ ਵਿੱਚੋਂ ਘਟਬਤ ਹੋ ਜਾਊਗਾ ਸਾਨੂੰ ਮਾਲਕਾਂ ਦਾ ਜਿਹੜਾ ਨੰਬਰ ਆ ਸਾਨੂੰ ਆ ਥੱਲੇ ਸ਼ੋ ਹੋਂਦਾ ਪਿਆ ਇਹ ਤੁਸੀਂ ਕਾਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜਿਨ੍ਹਾਂ ਦੇ ਵੀ ਦਿਲ ਲੱਗਦਾ ਹੋਵੇ ਜਿਨ੍ਹਾਂ ਦੀ ਫਿੱਟ ਮੈਂਦਾ ਇਹ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆ 11 बाई 6.5 ਈ ਟਰਾਲੀ ਹੈ ਜੀ ਆਪਣੇ ਕੋਲ ਆਈ ਅੱਗੇ ਸੇਲ ਲਈ 70% ਜੀ ਟਾਇਰ ਆ ਇਹਦੇ ਵਧੀਆ ਹਾਲਤ ਦੇ ਵਿੱਚ ਆ ਆਲੋਕੇ ਪਈ ਆ ਬਾਡੀ ਚਾਸੀ ਵਧੀਆ ਆ ਨਾ ਵੇਟ ਹੈਗਾ ਜੀ 19 ਕਵਾਂਟਲ ਫਰਸ਼ ਵਗੈਰਾ ਤੁਸੀਂ ਵੇਖ ਸਕਦੇ ਹੋ ਐ ਨਾ ਵਧੀਆ ਫਰਸ਼ ਵਗੈਰਾ ਪਈ ਹੋਈ ਆ ਕੋਈ ਯਾਨੀ ਕਿ ਸਰਾਖ ਵਗੈਰਾ ਹੈ ਨਹੀਂ ਗੇ ਮਾਨਸਾ ਏਰੀਏ ਵਿਖੇ ਖੜੀ ਆ ਤੇ 1 ਲੱਖ ਤੇ 40 ਹਜ਼ਾਰ ਡਿਮਾਂਡ ਸੀਗੀ ਇਹਦੀ ਬਾਕੀ ਇਹ ਡਿਮਾਂਡ ਆ ਜਿਹੜੀ ਇਹਦੇ ਵਿੱਚੋਂ ਮੌਕੇ ਤੇ ਘਟਵਾਦ ਹੋ ਜਾਊਗਾ ਜਿਨ੍ਹਾਂ ਨੇ ਵੀ ਇਹ ਟਰਾਲੀ ਲੈਣੀ ਹੋਵੇ ਮਾਲਕਾਂ ਦੇ ਜਿਹੜੇ ਨੰਬਰ ਨੇ ਆ ਥੱਲੇ ਸ਼ੋ ਹੁੰਦੇ ਪਏ ਨੇ ਇਹਨਾਂ ਨੂੰ ਤੁਸੀਂ ਕਾਲ ਕਰਕੇ ਇਹ ਟਰਾਲੀ ਖਰੀਦ ਸਕਦੇ ਹੋ ਕਾਊ ਦਾ ਰੇਟ ਵਗੈਰਾ ਦਾ ਫਾਈਨਲ ਵਗੈਰਾ ਤੁਸੀਂ ਕਰ ਲਿਓ ਕਾਲ ਕਰਕੇ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਜੀ ਜੌਂਡੀਗਰ 5204 ਦੀ ਸਭ ਤੋਂ ਪਹਿਲਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2009 ਮਾਡਲ ਹੈ ਇਹ ਟਰੈਕਟਰ ਇੰਜਨ ਗੇਅਰ ਲੈਫਟ ਪੰਪ ਮਗਰਲੇ ਹਿੱਸੇ ਦਾ ਆਲੋਕੇ ਆ ਕੋਈ ਪੰਪ ਨਾਲ ਛੇੜਖਾਨੀ ਨਹੀਂ ਕੀਤੀ ਗਈ ਕੋਈ ਇੰਜਨ ਦਾ ਕੰਮ ਨਹੀਂ ਭਾਲਦਾਗਾ ਕਾਲੇ ਟੈਡ ਵਾਲਾ ਇੰਜਨ ਜਿਹਨੂੰ ਐਲਟੀ ਆਂਦੇ ਹੁੰਦੇ ਸੀਗੇ ਸੈਡ ਗੀਅਰ ਦੇ ਵਿੱਚ ਹੁੰਦਾ ਟਰੈਕਟਰ ਇਹ ਆ ਤੁਸੀ ਸ਼ੋ ਵਗੈਰਾ ਵੇਖ ਸਕਦੇ ਹੋ ਵਧੀਆ ਹਾਲਤ ਦੇ ਵਿੱਚ ਆ ਹੈਵੀ ਬੰਪਰ ਲੱਗਾ ਹੋਇਆ ਟਰੈਕਟਰ ਤੇ ਤੇ ਟਾਇਰਾਂ ਦੀ ਗੱਲ ਕਰੀਏ 80% ਟਾਇਰ ਨੇ ਪੀਵੀ ਨੰਬਰ ਆ ਫਰਸਟ ਕੁਆਲਟੀ ਨਾ ਉਹ ਟਰੈਕਟਰ ਇਹ ਆ ਮਗਰਲੇ ਹਿੱਸੇ ਦੀਆਂ ਫੋਟੋਆਂ ਨੇ ਟਰੈਕਟਰ ਦੀਆਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਇਹ ਰਾਏਕੋਟ ਏਰੀਆ ਵਿੱਚ ਜੀ ਟਰੈਕਟਰ ਖੜਾ ਵਾ ਉਹ ਸੌਰੀ ਬਰਨਾਲਾ ਏਰੀਆ ਦੇ ਵਿੱਚ ਖੜਾ ਹੈ ਜੀ 4 ਲੱਖ ਰੁਪਏ ਡਿਮਾਂਡ ਸੀਗੀ ਟਰੈਕਟਰ ਦੀ ਮਾਲਕਾਂ ਵੱਲੋਂ ਰੱਖੀ ਗਈ ਤੇ ਜਿਹੜੇ ਮਾਲਕਾਂ ਦੇ ਨੰਬਰ ਆ ਤੁਹਾਨੂੰ ਆ ਥੱਲੇ ਸ਼ੋ ਹੁੰਦੇ ਪਏ ਆ ਇਹਨਾਂ ਦੇ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਜਿਨ੍ਹਾਂ ਨੂੰ ਲੋਡ ਹੋਵੇ ਜਿਹਨਾਂ ਦਾ ਇਫੈਕਟ ਪੈਂਦਾ ਹੋਵੇ ਇਹ ਤੇ ਸੌਰੀ ਉਹ ਥੋੜਾ ਇੱਕ ਇੱਕ ਵਾਰ ਏਰੀਆ ਦਾ ਮੈਕਸ ਹੋ ਜਾਂਦਾ ਕਿਉਂਕਿ ਕਾਪੀ ਤੇ ਲਿਖ ਕੇ ਐਡ ਪਾਉਂਦੇ ਹੁੰਨੇ ਆ ਅਸੀਂ ਬਹੁਤ ਵਧੀਆ ਟਰੈਕਟਰ ਆ ਜੀ ਇਹ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆ ਜੀ 16 ਤਵੀਆਂ ਦਾ ਸੈੱਟ ਆ ਜੀ 16 ਤਵੀਆਂ ਵਕਾਉ ਨੇ ਐ ਨਾ ਯਾਨੀ ਕੀ ਫੋਲਰ ਰਿਪੇਅਰ ਵਗੈਰਾ ਹੋਈ ਆ ਟੇਲ ਟੂਲ ਗ੍ਰੀਸ ਵਗੈਰਾ ਸਭ ਕੁਝ ਯਾਨੀ ਕੀ ਹੋਇਆ 95% ਕੰਡੀਸ਼ਨ ਜੇ ਆਪਾਂ ਕੱਲੀ ਕੰਡੀਸ਼ਨ ਮੰਨ ਲਈਏ ਤਾਂ 95% ਤਵੇ ਵਗੈਰਾ ਤੁਸੀਂ ਵੇਖ ਸਕਦੇ ਹੋ ਨਵੇਂ ਹੀ ਨੇ ਤਵੇ ਹੈਵੀ ਆ 16 ਮਾਡਲ ਆ ਬਾਕੀ ਰੰਗ ਰੂنگ ਕਰ ਲਿਓ ਆਪ ਦਾ ਜਿਨ੍ਹਾਂ ਨੇ ਵੀ ਲੈਣੀ ਹੋਣ ਜਿਨ੍ਹਾਂ ਦੇ ਫਿੱਟ ਬਿੰਦੀਆਂ ਹੋਵੇ ਹੁਣ ਇਹ ਮਾਨਸਾ ਏਰੀਆ ਦੇ ਵਿੱਚ ਆ ਜੀ ਇਹ ਤੇ ਡਿਮਾਂਡ ਹੈਗੀ ਆ 45000 ਰੁਪਈਆ ਜੈ ਜੈ ਜੀ ਡਿਮਾਂਡ ਕੋਈ ਬਾਲੀ ਜਿਆਦੇ ਨਹੀਂ ਮੰਗੀ ਅਗਲੇ ਨੇ ਤੇ ਜਿਨ੍ਹਾਂ ਨੇ ਵੀ ਲੈਣਾ ਹੋ ਲੈਣੀ ਹੋਵੇ ਇਹ ਤਵੀਆਂ ਦਾ ਸੈੱਟ ਇਹ ਆਸਨ ਨੰਬਰ ਥੱਲੇ ਸ਼ੋਅ ਹੁੰਦਾ ਪਿਆ ਵਾ ਕਾਲ ਕਰਕੇ ਇਹ ਟੌਪੀਆਂ ਵਗੈਰਾ ਕੋਈ ਖਰੀਦ ਸਕਦੇ ਹੋ ਧੰਨਵਾਦ ਜੀ ਵੀਡੀਓ ਪੂਰੀ ਵੇਖਣ ਦੇ ਲਈ ਜਿਹਨੂੰ ਵਧੀਆ ਲੱਗੇ ਉਹ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਦੂਜੇ ਚੈਨਲਾਂ ਉ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਡਿਸਕ੍ਰਿਪਸ਼ਨ ਵਿੱਚ ਉਹਨਾਂ ਦੇ ਲਿੰਕ ਦਿੱਤੇ ਹੋਏ ਨੇ ਤੇ ਉਹਨਾਂ ਵਿੱਚ ਅਲੱਗ ਟਰੈਕਟਰ ਆਉਂਦੇ ਹੁੰਦੇ ਆ ਸੇਲ ਲਈ ਧੰਨਵਾਦ ਜੀ ਵੀਡੀਓ ਪੂਰੀ ਵੇਖਣ ਦੇ ਲਈ